ਅੱਜ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੀ ਗੁਰਦੁਆਰਾ ਖਡੂਰ ਸਾਹਿਬ ਤਰਨ ਤਾਰਨ ਤੋਂ 20 ਕਿਲੋਮੀਟਰ ਅਤੇ ਗੋਇੰਦਵਾਲ ਸਾਹਿਬ ਤੋਂ 9 ਕਿਲੋਮੀਟਰ ਦੀ ਦੂਰੀ 'ਤੇ ਹੈ ਬਹੁਤ ਹੀ ਪਵਿੱਤਰ ਧਰਤੀ ਹੈ 8 ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ ਇਸ ਸਥਾਨ ਨੂੰ ਇੱਥੇ ਗੁਰੂ ਅੰਗਦ ਦੇਵ ਜੀ ਨੇ ਗੁਰਤਾ ਗੱਦੀ ਤੋਂ ਬਾਅਦ 13 ਸਾਲ ਦਾ ਸਮਾਂ ਬਿਤਾਇਆ ਅਤੇ ਉਹੀ ਸਥਾਨ ਹੈ ਜਿੱਥੇ ਗੁਰੂ ਅਮਰਦਾਸ ਜੀ ਨੇ 12 ਸਾਲ ਤੱਕ ਇਹਨਾਂ ਦੀ ਸੇਵਾ ਕੀਤੀ ਗੁਰੂ ਅਮਰਦਾਸ ਜੀ ਸਵੇਰੇ ਅੰਮ੍ਰਿਤ ਵੇਲੇ ਗੋਬਿੰਦਵਾਲ ਸਾਹਿਬ ਬਿਆਸ ਦਰਿਆ ਤੋਂ ਗਾਗਰ ਭਰ ਕੇ ਪਾਣੀ ਦੀ ਲਿਆਉਂਦੇ ਸੀ ਅਤੇ ਗੁਰੂ ਅੰਗਦ ਦੇਵ ਜੀ ਨੂੰ ਰੋਜ਼ ਇਸ਼ਨਾਨ ਕਰਵਾਉਂਦੇ ਸੀ ਦਿਨ ਦਾ ਟਾਈਮ ਇੱਥੇ ਹੀ ਗੁਜ਼ਾਰਦੇ ਸੀ ਉਹ ਸੇਵਾ 'ਤੇ ਰਾਤ ਦੇ ਟਾਈਮ ਗੋਬਿੰਦਵਾਲ ਚਲੇ ਜਾਂਦੇ ਸੀ ਇਸ ਸਥਾਨ 'ਤੇ ਗੁਰੂ ਨਾਨਕ ਦੇਵ ਜੀ 5 ਵਾਰ ਆਏ ਅਤੇ ਉਹ ਬੀਬੀ ਭਰਾਈ ਜੀ ਦੇ ਘਰ ਆ ਕੇ ਰਹਿੰਦੇ ਸੀ ਜਦੋਂ ਉਹ ਆਖਰੀ ਵਾਰ ਰੁਕੇ ਉਹ 5ਵੀਂ ਵਾਰ ਤਾਂ ਬੀਬੀ ਭਰਾਈ ਜੀ ਨੇ ਉਹਨਾਂ ਨੂੰ 1-2 ਦਿਨ ਹੋਰ ਰੁਕਣ ਲਈ ਕਿਹਾ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਉਹ ਇਸੇ ਸਥਾਨ 'ਤੇ ਫਿਰ ਆਉਣਗੇ ਅਤੇ ਕਾਫੀ ਦਿਨਾਂ ਲਈ ਰੁਕਣਗੇ ਅਤੇ ਜਿਸ ਪਲੰਘ 'ਤੇ ਉਹ ਬੈਠੇ ਹੈ ਇਸੇ ਪਲੰਘ 'ਤੇ ਆ ਕੇ ਉਹ ਆਰਾਮ ਵੀ ਕਰਨਗੇ ਫਿਰ ਗੁਰੂ ਅੰਗਦ ਦੇਵ ਜੀ ਨੂੰ ਜਦੋਂ ਗੁਰਤਾ ਗੱਦੀ ਮਿਲੀ ਉਹ ਪਾਕਿਸਤਾਨ ਤੋਂ ਵਾਪਸ ਆ ਕੇ ਕਰਤਾਰਪੁਰ ਸਾਹਿਬ ਤੋਂ ਇੱਥੇ ਖਡੂਰ ਸਾਹਿਬ ਆਏ ਅਤੇ ਬੀਬੀ ਭਰਾਈ ਦੇ ਘਰ 6 ਮਹੀਨੇ 6 ਦਿਨਾਂ ਲਈ ਰੁਕੇ ਅਤੇ ਉਹਨਾਂ ਨੇ ਉਸੇ ਪਲੰਘ 'ਤੇ ਉੱਤੇ ਆਰਾਮ ਵੀ ਕੀਤਾ ਜਿਸ ਪਲੰਘ ਬਾਰੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਗੁਰੂ ਅੰਗਦ ਦੇਵ ਜੀ ਨੇ ਇੱਥੇ ਗੁਰਤਾ ਗੱਦੀ ਤੋਂ ਬਾਅਦ 13 ਸਾਲ ਦਾ ਸਮਾਂ ਬਿਤਾਇਆ ਪੂਰਾ ਗੁਰੂ ਦੇ ਰੂਪ ਵਿੱਚ ਬਿਤਾਇਆ ਸਮਾਂ ਉਹਨਾਂ ਨੇ ਇੱਥੇ ਬਹੁਤ ਹੀ ਪਵਿੱਤਰ ਧਰਤੀ ਹੈ ਜੀ 8 ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ ਇਸ ਸਥਾਨ ਨੂੰ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਆਗਿਆ ਅਨੁਸਾਰ ਇੱਥੇ ਨਾਮ ਉਪਦੇਸ਼ ਦਿੱਤਾ ਸੰਗਤਾਂ ਨੂੰ ਜੀ ਦਰਬਾਰ ਸਾਹਿਬ ਤੋਂ ਬਾਹਰ ਆ ਗਏ ਹੈ ਅਤੇ ਇੱਥੇ ਬਹੁਤ ਖੂਬਸੂਰਤ ਅਜਾਇਬ ਘਰ ਬਣਿਆ ਹੋਇਆ ਹੈ ਉਹਦੇ ਦਰਸ਼ਨ ਕਰਵਾਉਂਦੇ ਹਾਂ ਤੁਹਾਨੂੰ ਇੱਥੇ ਅੰਮ੍ਰਿਤ ਵੇਲੇ ਭਾਈ ਲਹਿਣਾ ਜੀ ਭਾਈ ਜੋਤ ਸਿੰਘ ਜੀ ਕੋਲੋਂ ਗੁਰਬਾਣੀ ਸੁਣਨ ਲਈ ਖੜ੍ਹੇ ਹਨ ਭਾਈ ਲਹਿਣਾ ਜੀ ਆਪਣੇ ਸਾਥੀਆਂ ਨਾਲ ਘੋੜੇ 'ਤੇ ਦੇਵੀ ਦਰਸ਼ਨਾਂ ਲਈ ਜਾਂਦੇ ਹੋਏ ਇੱਥੇ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਸੀ ਅਤੇ ਉਹਨਾਂ ਨੇ ਰਸਤੇ 'ਚ ਗੁਰੂ ਨਾਨਕ ਦੇਵ ਜੀ ਨੂੰ ਦੇਖਿਆ ਅਤੇ ਉਹਨਾਂ ਤੋਂ ਹੀ ਉਹਨਾਂ ਦੇ ਘਰ ਦਾ ਰਸਤਾ ਪੁੱਛ ਰਹੇ ਹਨ ਉਹਨਾਂ ਨੂੰ ਨਹੀਂ ਪਤਾ ਸੀ ਕਿ ਉਹੀ ਗੁਰੂ ਨਾਨਕ ਦੇਵ ਜੀ ਹਨ ਰਸਤਾ ਪੁੱਛ ਰਹੇ ਹੈ ਗੁਰੂ ਨਾਨਕ ਦੇਵ ਜੀ ਤੋਂ ਰਸਤਾ ਦੱਸਣ ਵਾਲੇ ਗੁਰੂ ਨਾਨਕ ਦੇਵ ਜੀ ਨੂੰ ਧਰਮਸ਼ਾਲਾ ਵਿੱਚ ਗੁਰੂ ਗੱਦੀ 'ਤੇ ਬਿਰਾਜਮਾਨ ਵੇਖ ਕੇ ਹੈਰਾਨ ਹੋਏ ਭਾਈ ਲਹਿਣਾ ਜੀ ਭਾਈ ਲਹਿਣਾ ਜੀ ਦਰਿਆ ਕਿਨਾਰੇ ਗੁਰੂ ਨਾਨਕ ਦੇਵ ਜੀ ਦੇ ਕੱਪੜੇ ਧੋਂਦੇ ਹੋਏ ਅਤੇ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰ ਰਹੇ ਹਨ ਅਤੇ ਉਹਨਾਂ ਦੇ ਕੱਪੜਿਆਂ ਦੀ ਉਹ ਰਾਖੀ ਬੈਠੇ ਹੋਏ ਹਨ ਲੂਣ ਦੀ ਪੰਡ ਲੈ ਕੇ ਆਏ ਭਾਈ ਲਹਿਣਾ ਜੀ ਨੂੰ ਮਾਤਾ ਸੁਲੱਖਣੀ ਜੀ ਗੁਰੂ ਨਾਨਕ ਦੇਵ ਜੀ ਬਾਰੇ ਦੱਸਦੇ ਹੋਏ ਅਤੇ ਖੇਤਾਂ ਵੱਲ ਤੋਰਦੇ ਹੋਏ ਇੱਥੇ ਮਾਤਾ ਸੁਲੱਖਣੀ ਜੀ ਗੁਰੂ ਨਾਨਕ ਦੇਵ ਜੀ ਤੋਂ ਭਾਈ ਲਹਿਣਾ ਜੀ ਨਦੀਨ ਦੀ ਪੰਡ ਜੋ ਲੈ ਕੇ ਆਏ ਆ ਉਹਨਾਂ ਦੇ ਗਿੱਲੇ ਅਤੇ ਲਿਬੜੇ ਚਿੱਕੜ ਨਾਲ ਭਰੇ ਹੋਏ ਕੱਪੜਿਆਂ ਬਾਰੇ ਪੁੱਛਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਬੱਚਿਆਂ ਵੱਲੋਂ ਨਾ ਕਰਨ ਉਪਰੰਤ ਭਾਈ ਲਹਿਣਾ ਜੀ ਚਿੱਕੜ ਦੇ ਟੋਏ ਵਿੱਚ ਡਿੱਗੇ ਕੋਲ ਨੂੰ ਕੱਢਦੇ ਹੋਏ ਡਾਕਟਰ ਰਹਾ ਸੀ।
सेवकां दी प्रीख्या लई धानक रूपधारी गुरु नानक देव जी नूं पिछे रह गए पंज सेवक प्रणाम करदे होए गुरु नानक देव जी भाई लहना जी नूं शमशान घाट विच पए मुरदे नूं उठाउण दा आदेश दिंदे होए भाई लहना तो अंगद बना के गुरता गद्दी बख्शते हुए गुरु नानक देव जी। गुरु नानक देव जी पहले पातशाही ते गुरु अंगद देव जी दूजे पातशाही। अंगद बना के गुरगद्दी बख्शते हुए गुरु नानक देव जी। अच्छा अंगद देव जी पहले लहना भाई लहने तो अंगद देव जी बनाई। माई भराई दे घर अज्ञातवास रहन पिछों बाबा बुढ़ा जी अते संगतां दी बेनती उपरंत गुरु अंगद देव जी भोरे चो बाहर आ के संगतां नूं दर्शन दिंदे होए श्री गुरु अंगद देव जी भाई बाला अते भाई पैड़ा मोखा तो सुन के गुरु नानक देव जी दी जन्म साखी लिखवांदे होए गुरु अंगद देव जी लिखारियां कोलों बाल बोध लिखवा के बच्चों विच वंडदे होए मल अखाड़े कुश्तियां वेखण विच मगन गुरु अंगद देव जी तो नाराज़ होया तलवार नूं हथ पाउंदा होया बादशाह हुमायूं माता खीवी जी लंगर प्रशादा ते देसी घ्यो वाली खीर संगत नूं वरतांदे होए अच्छा इत्थे ठेडा खा के गुरु अमरदास जी गुरु अंगद देव जी लई रोज़ अमृत वेले गोविंदवाल साहिब ब्यास दरिया तो जल्दी गागर लैके लांदे सी इशनान करवाण लई ते एक दिन गुरु अमरदास जी जुलाहे दी खड्डी नाल किले नाल ठेडा खा के डिगदे होए ते जल डुलन तो बचाउंदे होए गुरु अंगद देव जी बाबा बुढ़ा जी दे हत्थों गुरु अमरदास जी नूं गुरगद्दी दी बख्शिश करदे होए गुरु अमरदास जी तीजे पातशाही खडूर साहिब विखे ज्योति जोत समाए गुरु अंगद देव जी दे पंज भूतक शरीर दी अगन भेट ए जी थोनू अजायब घर दे दर्शन करवाए बहुत जानकारी मिली इतों सिख इतिहास बारे इतने तीन गुरु साहबाना बारे अपन जानकारी मिली गुरु नानक देव जी गुरु अंगद देव जी और गुरु अमरदास जी बारे अते उन्हां नाल जुड़ियां संगतां उन्हां नाल जुड़े हर एक चीज़ की अपन जानकारी दी गई
आज काकू आज आज बेटे।